ਇਹ ਆਪਣੇ ਦੀਪਕ ਖਜ਼ਾਨੇ ਜੀ ਨੇ ਬੜੀਆਂ ਕੰਪੋਜੀਸ਼ਨਸ ਕੀਤੀਆਂ ਨੇ ਤੁਹਾਨੂੰ ਯਾਦ ਹੋਵੇਗਾ ਹਾਂਜੀ ਹਾਂਜੀ ਬਿਲਕੁਲ ਭਾਈ ਤੇ ਖਾਸ ਤੌਰ ਤੇ ਉਹਨਾਂ ਦੇ ਹੋਲੇ ਹੋਲੇ ਜਿਹੜਾ ਸੀ ਨਾ ਗਰੁੱਪ ਹੋਲੇ ਹੋਲੇ ਹਾਂਜੀ ਉਹਦਾ ਗੀਤ ਮੈਂ ਲਿਖਿਆ ਸੀ ਹੋਲੇ ਹੋਲੇ ਉਹ ਚਾਰ ਪੰਜ ਗਾਣੇ ਉਹ ਲਿਖੇ ਸੀ ਤੋਂ ਨੇ ਫੇ ਗਾਣਾ ਹੀ ਉਹਦਾ ਬਣਾ ਲਏ ਉਹਦਾ ਗਰੁੱਪ ਦਾ ਨਾਂ ਹੀ ਰੱਖ ਲਿਆ ਮਨਜੀਤ ਮਨਜੀਤ ਨੇ ਤੇ ਲੇਕਿਨ ਉਹ ਚਿਕਾਰੀਗਰੀ ਸਿਰਫ ਦੀਪਕ ਦੀ ਸੀ ਹੂੰ 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 ਤੇ ਮੇਰਾ ਖਿਆਲ ਮੈਂ ਕਹਿਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਕਿ ਉਸ ਤੋਂ ਬਾਅਦ ਤੋਂ ਨੇ ਕੋਈ ਕੰਮ ਨਹੀਂ ਕੀਤਾ ਆਪਣੇ ਮ ਮਨਜੀਤ ਨੇ ਕੋਈ ਕੰਮ ਨਹੀਂ ਕੀਤਾ ਖੌਲਿਓਰੇ ਤੋਂ ਬਾਅਦ ਓਕੇ ਭਾਜੀ ਤੋਂ ਜਿਹੜੀ ਆਪਣਾ ਦੀਪਕ ਖਜ਼ਾਂਜੀ ਹੈ ਉਹ ਬੜਾ ਕਾਰੀਗਰ ਹੈ ਇਸ ਚੀਜ਼ ਦਾ ਇਹ ਮੈਨੂੰ ਇਹ ਦੱਸੋ ਇਹ ਜਿਹੜਾ ਹੁਣ ਹੋ ਗਿਆ ਨਾ ਕੰਪਿਊਟਰ ਦਾ ਸਾਰਾ ਕੰਮ ਸੈਂਪਲਿੰਗ ਹੋ ਜਾਂਦੀ ਹੈ ਇਹ ਕੋਈ ਕਿਸੇ ਸਾਜ਼ ਦੀ ਲੋੜ ਹੋਵੇ ਥੋੜਾ ਸੈਂਪਲ ਕਰਕੇ ਸਰੰਗੀ ਚਾਹੀਦੀ ਆ ਉਹਨੂੰ ਸੈਂਪਲ ਸੈਂਪਲ ਇੰਡੀਆ ਤੋਂ ਆਉਂਦੇ ਪਾਜੀ ਸੈਂਪਲ ਇੰਡੀਆ ਤੋਂ ਲੈ ਲਓ ਉੱਥੋਂ ਜਿੱਥੋਂ ਵੀ ਹੈਨਾ ਜਿਹੜੀ ਚੀਜ਼ ਦਾ ਸੈਂਪਲ ਚਾਹੀਦਾ ਮਿਲ ਜਾਂਦਾ ਐਸ ਗੱਲ ਤੁਹਾਡਾ ਇਸ ਬਾਰੇ ਵਿਚਾਰ ਕੀ ਹੈ ਕਿਉਂਕਿ ਇਹ ਜਿਹੜਾ ਹੋ ਰਿਹਾ ਚੰਗਾ ਹੋ ਰਿਹਾ ਕਿ ਜੇ ਚੰਗਾ ਜਾਂ ਮਾੜਾ ਕੋਈ ਨਾ ਕੋਈ ਪਹਿਲੂ ਤਾਂ ਹੁੰਦਾ ਹੀ ਹੈ ਨਾ ਹੁਣ ਪਾਜੀ ਜਦੋਂ ਜਦੋਂ ਆਪਾਂ ਜਿਹੜੇ ਪੁਰਾਣੇ ਪੇਠੇ ਜਮਾਨੇ ਹੁੰਦੇ ਕੁਲਦੀਪ ਮਾਨ ਜੀ ਪਾਜੀ ਹੋਗੇ ਚਮਕੀਲਾ ਹੋਗੇ ਹੈਨਾ ਉਹਨਾਂ ਦੀ ਉਹ ਗੱਲ ਹੋਰ ਸੀ ਜੀ ਉਹ ਉਹ ਸਦਾਵਾਰ ਸਿੰਘ ਕਰਿਆ ਹੁਣ ਅੱਜ ਕੱਲ ਅਸੀਂ ਵੀ ਕਹ ਪਰ ਉਹ ਹੁਣ ਗੱਲ ਜਿਹੜੇ ਮਿਊਜ਼ਿਕ ਦੀ ਜਿਹੜੀ ਗੱਲ ਆ ਗਈ ਹੁਣ ਜਤਾਂ ਆਪਣਾ ਟੈਕਨੋਲੋਜੀ ਦੇ ਹਿਸਾਬ ਨਾਲ ਵਧੀਆ ਵੀ ਆ ਪਰ ਜਦ ਲਾਈਵ ਸਿੰਗਰ ਦਾ ਫਿਰ ਉਹ ਜਿਹੜੇ ਕਈ ਸਿੰਗਰ ਹੁੰਦੇ ਆ ਜਿਹੜੇ ਲਾਈਵ ਗਾ ਲੈਂਦੇ ਆ ਪਤਾ ਹੀ ਲੱਗਦਾ ਜਦੋਂ ਜਦੋਂ ਜਤਨਾ ਰਿਕਾਰਡਿੰਗ ਹੋ ਗਈ ਵਧੀਆ ਹੋ ਗਈ ਜਦੋਂ ਲਾਈਵ ਸਿੰਗ ਤੇ ਗਾਉਂਦੇ ਉਹ ਲੱਗਦਾ ਨਹੀਂ ਕਿ ਸਿੰਗਰ ਨੇ ਗੀਤ ਗਾਇਆ ਆ ਜੀ ਉਹ ਗਾਣੇ ਚ ਤੋਂ ਉਹਦੇ ਗਾਣੇ ਚ ਸੋ ਦਿਨ ਰਾਤ ਫਰਕ ਆ ਜਾਂਦਾ ਆ ਹੂੰ ਹੂੰ ਹੁਣ ਤਾਂ ਮੈਂ ਜਦੋਂ ਕਰਦਾ ਮੇਰੇ ਗੀਤ ਹੁੰਦੇ ਆ ਮੈਂ ਆਪਣੀ ਆਵਾਜ਼ ਚ ਕੋਈ ਚੇਂਜ ਨਹੀਂ ਰੱਖਦਾ ਮੈਂ ਜਿਦਾਂ ਆ ਉਦਾਂ ਹੀ ਆ ਹਾਂ ਹਾਂ ਮੈਂ ਚਾਹੁੰਦਾ ਕੋਈ ਆ ਕੋਈ ਕੋਈ ਉੱਚੇ ਥੱਲੇ ਕਰੋ ਜਾਂ ਕੋਈ ਚੇਂਜ ਕਰੋ ਕਿ ਬੰਦੇ ਲੱਗੇ ਜਾਂ ਬੰਦੇ ਨੇ ਗਾਇਆ ਨਹੀਂ ਹਾਂ ਜਦੋਂ ਲਾਈਵ ਵੀ ਗਾਇਦਾ ਉਦਾਂ ਹੀ ਸਾਨੂੰ ਹੁੰਦਾ ਭਾਜੀ ਹਾਂਜੀ ਅੱਛਾ ਤੁਸੀਂ ਜਿਹੜਾ ਥੋੜਾ ਰਿਆਜ਼ ਦਾ ਕੀ ਮਾਮਲਾ ਆ ਅੱਜਕੱਲ ਕਿੰਨਾ ਕੁ ਰਿਆਜ਼ ਕਰਦੇ ਹੋ ਰਿਆਜ਼ ਭਾਜੀ ਜਦੋਂ ਹੁਣ ਜਦੋਂ ਟਾਈਮ ਲੱਗ ਜੀ ਤਾਂ ਸਵੇਰੇ ਉੱਠ ਕੇ ਕਰ ਲੀਦਾ ਕਿ ਇੱਕ ਘੰਟਾ ਕਰ ਲੀਦਾ ਸਵੇਰੇ ਬਹੁਤ ਅੱਛਾ ਤੇ ਜਦੋਂ ਗੱਡੀ-ਗੁੱਡੀ ਚਲਾਈ ਦੀ ਨਾਲ ਉਹਦਾ ਵੀ ਕੀ ਕਰ ਲੀਦਾ ਬਹੁਤ ਅੱਛੀ ਗੱਲ ਗਾਣੇ ਦਾ ਗਾਣਦੇ ਬੰਦਾ ਜਦੋਂ ਰਹੀ ਜਿੰਦਾ ਮਰਜੀ ਗਾਣਦੇ ਰੋ ਹਾਂ ਤੇ ਉਹ ਵਧੀਆ ਆ ਉਹ ਮੈਨੂੰ ਉਹ ਜਾਕੀ ਜਿਹੜੇ ਪਲਟੇ ਆ ਪਲਟੇ ਦਾ ਪਰਿਆਸ ਕਰ ਲੀਦਾ ਹਨਾ ਉਹ ਜਦਿਆਸ ਤੇ ਬਾਬਲੇ ਜੀ ਮੈਨੂੰ ਗੱਲਾਂ ਯਾਦ ਆ ਗਈ ਬਡੇ ਉਸਤਾਦ ਅ ਬਹੁਤ ਹੀ ਵੱਡੇ ਉਸਤਾਦ ਸੀਗੇ ਸਾਡੇ ਇੰਡੀਆ ਦੇ ਵਿੱਚ ਤੇ ਬੜੇ ਗੁਲਾਮ ਅਲੀ ਖਾਂ ਉਹਨਾਂ ਨੇ ਇੱਕ ਵਾਰੀ ਦੇਖੋ ਕੀ ਆ ਬਾਤ ਹੈ ਉਹਨੂੰ ਤਾਂ ਮੰਦੇ ਸਿਰ ਚੁੱਕਦਾ ਤੇ ਉਹ ਦੱਸਦੇ ਹੁੰਦੇ ਸੀਗੇ ਕਿ ਕਰੀ ਉਹਨਾਂ ਨੇ ਗੱਲਾਂ ਬਾਤ ਵਿਚ ਪਤਾ ਲੱਗਿਆ ਸਾਨੂੰ ਕਿ ਉਹ ਜਦੋਂ ਟ੍ਰੇਨ ਦੇ ਵਿੱਚ ਜਾਂਦੇ ਹੁੰਦੇ ਸੀ ਨਾ ਹੂੰ ਹੂੰ ਤੋਂ ਟ੍ਰੇਨ ਦੀ ਤੁਹਾਨੂੰ ਪਤਾ ਇੰਡੀਆ ਦੀ ਟ੍ਰੇਨ ਜਿਹੜੀ ਹੁੰਦੀ ਹੈ ਮਿਊਜ਼ਿਕ ਉਹ ਉਹਦੇ ਉਹਦੇ ਜਿਹੜੀ ਨਾ ਰਿਦਮ ਹੁੰਦਾ ਮਿਊਜ਼ਿਕ ਦੀ ਰੇਤ ਹਰ ਰੋ ਹੁੰਦੀ ਉਹ ਇਸੇ ਤਰ੍ਹਾਂ ਰਿਹਾਸ ਕਰ ਲੈਂਦੇ ਹੁੰਦੇ ਸਾਰੇ ਚੀਜ਼ ਚ ਪਾਜੀ ਮਿਊਜ਼ਿਕ ਆ ਜਿਹੜੀ ਮਰਜ਼ੀ ਰਿਦਮ ਦੇ ਜਾਂਦਾ ਆਪਾਂ ਟੇਬਲ ਦਾ ਮਾਰੀ ਇਹ ਜਿੰਨੀ ਤੇ ਆ ਹਾਂ ਠੀਕ ਹੈ ਹਰ ਚੀਜ਼ ਤੇ ਆ ਮਿਊਜ਼ਿਕ ਘਰ ਪਾਸੇ ਆ ਆਹ ਆ ਸਹੀ ਗੱਲ ਹੈ ਆਪਣੀ ਜਿਹੜੀ ਦੁਨੀਆ ਹੈ ਆ ਸਾਰੇ ਆਈ ਥਿੰਕ ਮਿਊਜ਼ਿਕ ਜੇ ਆਪਣੇ ਜੇ ਕੰਦ ਤੇ ਵੀ ਕਰਾਂਗੇ ਤਾਂ ਵੀ ਮਿਊਜ਼ਿਕ ਬਣੂਗਾ ਬਿਲਕੁਲ ਸਹੀ ਹੈ ਬਹੁਤ ਅੱਛੀ ਸੋਚ ਹੈ ਤੁਹਾਡੀ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਸੰਗੀਤ ਨੂੰ ਇੰਨਾ ਜਿੰਨਾ ਚਾਹੁੰਦੇ ਹੋ ਤੇ ਤੁਸੀਂ ਇਹ ਸੋਕ ਪੰਗੜੀ ਦੇ ਵਿੱਚ ਆਪਣਾ ਨਾਮ ਪੈਦਾ ਕਰਨਾ ਚਾਹੁੰਦੇ ਜਾਂ ਤੋਂ ਹਟ ਕੇ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਹਾਂਜੀ ਭਾਜੀ ਮੇਰੇ ਹਾਂਜੀ ਭਾਜੀ ਤੁਸੀਂ ਪਹਿਲਾਂ ਹਾਂ ਜਿੱਦਾਂ ਆਪਣਾ ਬਡਾਲੀ ਹੈ ਲਖਵਿੰਦਰ ਹਾਂਜੀ ਹਾਂਜੀ ਲਖਵਿੰਦਰ ਨੂੰ ਅਸੀਂ ਸੁਣਿਆ ਬੜੀ ਚੰਗੀ ਤਰ੍ਹਾਂ ਇੱਥੇ ਵੀ ਆਏ ਸੀਗੇ ਸਾਡੇ ਹਾਂਜੀ ਹਾਂਜੀ ਹੁਣ ਵਿਜ਼ਿਟੋਰ ਕਰਕੇ ਗਏ ਆ ਨਹੀਂ ਸਾਡੇ ਪੰਜਾਬ ਦੇ ਰੂ ਦੀ 15ਵੀਂ ਸਾਲਗिराਹ ਤੇ ਵੀ ਥੋੜਾ ਜਿਹਾ ਆਣ ਕੇ ਦੀਵਾਨ ਦੇ ਵਿੱਚ ਉਹਨਾਂ ਗਾਇਆ ਸੀ ਥੋੜਾ ਜਿਹਾ ਹੂੰ ਇਹ ਉਹਨਾਂ ਦੇ ਵਿੱਚ ਇੱਕ ਖੂਬੀ ਦੇਖੀ ਹੈ ਹੂੰ ਕਿ ਜਦੋਂ ਖੜੇ ਹੁੰਦੇ ਨਾ ਤੇ ਤੁਹਾਨੂੰ ਵੀ ਤਾਂ ਲੱਗਦਾ ਕਿ ਕਿਸੇ ਹੋਰ ਹੀ ਸੰਸਾਰ 'ਚ ਚਲੇ ਜਾਂਦੇ ਨੇ ਬਿਲਕੁਲ 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 ਹਾਂ ਸੂਫੀ ਭਾਜੀ ਸੂਫੀ ਉਹ ਸੰਗੀਤ ਇਦਾਂ ਦਾ ਸੂਫੀ ਜਿੱਦੇ ਤੁਸੀਂ ਆਪਣੇ ਤੁਹਾਡਾ ਕਨੈਕਸ਼ਨ ਸਿੱਧਾ ਪਰਮਾਤਮਾ ਨਾਲ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਹਾਂਜੀ ਫਿਰ ਤੁਸੀਂ ਪੁੱਲ ਜਾਂਦੇ ਤੁਹਾਡੇ ਅੱਗੇ ਕੋਣ ਬੈਠਾ ਹੈ ਕਿੱਦਾਂ ਹੈ ਤੁਸੀਂ ਸਿਰਫ ਪਰਮਾਤਮਾ ਵਾਸਤੇ ਗਾਉਂਦੇ ਹੋ ਅੱਛਾ ਹੁਣ ਤੁਸੀਂ ਸੋਨੂ ਜੀ ਇਜ਼ ਇਟ ਯੂਰ ਫੁੱਲ ਟਾਈਮ profession অর ਯੂ ਆਰ ਵਰਕਿੰਗ ਸਮਵੇਅਰ ਫੁੱਲ ਟਾਈਮ ਕੰਮ ਵੀ ਕਰੀਦਾ ਭਾਜੀ ਤੇ ਨਾਲੇ ਆਪਣੇ ਗਾਣੇ ਵੀ ਕਰੀ ਜਾਂਦੀ ਐ। ਅੱਛਾ ਅੱਛਾ ਅੱਛਾ। ਗਾਣੇ ਤੇ ਛੱਡਦੇ ਨਹੀਂ ਹੁਣ ਜਾਣੇ ਜਿੰਨਾ ਤੱਕ ਸਾਹ ਚੱਲਨੇ ਐ ਗਾਣੇ ਚ ਉਹਦਾਂ ਚ ਚੱਲਦੇ ਰਹਿਣੇ ਐ ਜਿੰਨਾ ਤੱਕ ਐ। ਇਹ ਕਲੈਸ਼ ਨਹੀਂ ਕਰਦਾ ਜ ਨਹੀਂ ਫੁੱਲ ਟਾਈਮ ਦੇਖੋ ਰੋਟੀ ਰੋਜ਼ੀ ਕਮਾਣੀ ਪੈਂਦੀ ਬੰਦੇ ਨੂੰ ਤੇ ਫੇਰ ਨਾਲ ਦੀ ਅੱਛਾ ਤੁਸੀਂ ਸ਼ਾਦੀशुदा? ਹਾਂਜੀ ਭਾਜੀ ਆ ਜੇ ਨਹੀਂ। ਅਰੇ ਨਹੀਂ ਲੱਭਦੇ ਆ ਕੁੜੀ ਕੋਈ ਲੱਭਦੇ ਤੁਸੀਂ। ਮੈਂ ਜੇ ਹੋਗਾ ਮੈਂ ਕਹਿੰਦਾ ਇੰਨਾ ਸੋਹਣਾ ਮੁੰਡਾ ਹੈ ਤੇ ਮੇਰੀ ਕੁੜੀਆਂ ਵਿਆਹਾਂ ਗਈਆਂ ਮੇਰੇ ਤੇ ਪੋਤੀਆਂ ਵਿਆਹਣ ਵਾਲੀਆਂ ਉਹਨਾਂ ਨੂੰ ਪੁੱਛਾਂਗੇ ਜੀ ਬਚਾਰੋ ਤੁਸੀਂ ਕਰੋ ਕੁਛ ਨਾ ਹੋ ਜਾਏਗਾ ਜੀ ਮੇਰਾ خیال ਹੋ ਬਿਲਕੁਲ ਹੀ ਮੈਂ ਆਪਣੀਆਂ ਪੋਤੀਆਂ ਨੂੰ ਪੁੱਛਲਾਂਗਾ ਪਹਿਲਾਂ ਦੂਰ ਕੀ ਜਾਣਾ ਤੇ ਬਹੁਤ ਮਿਹਰਬਾਨੀ ਤੁਹਾਡੀ ਅੱਛਾ ਇੱਕ ਥੋੜੀ ਜੀ ਗੱਲ ਕਰ ਲਈ ਆਪਾਂ ਹਾਂਜੀ ਬਾਜੀ ਤੇ ਉਹ ਗੱਲ ਤਫੀਰੀ ਕਰਾਂਗੇ ਹੁਣ ਮੇਰਾ خیال ਹੈ ਕਿ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਆਂ ਤੇ ਪੰਜਾਬ ਰੇਡੀਓ ਤੋਂ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਪੰਜਾਬ ਰੇਡੀਓ ਹੈ ਤੇ ਸੋਨੂ ਸਿੰਘ ਜੀ ਸਾਡੀ ਸਟੂਡੀਓ ਦੇ ਵਿੱਚ ਹਾਜ਼ਰ ਨੇ ਤੇ ਲੋਜੀਕ ਥੋੜੀ ਜੀ ਗੱਲ ਕਰ ਲਈਏ ਫਿਰ ਤੁਹਾਡੇ ਨਾਲ ਆਪਣੇ ਕਮੈਂਟ ਥੋੜੇ ਰਹਿ ਗਏ ਨੇ ਕੋਈ ਨਹੀਂ Hit of the hour brought to you by Dylans Organic Atta available in all Asian supermarkets near you For more information visit www com or call zero two zero three five zero 398. ji pehla organic atta hai jada organic farmers <laughs> and growers billon ke andar UK और ये सारे एशियन सुपर स्टोर्स तो मिल सकता है तो होर जानकारी लिएग तो करो डबल्यू 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 डॉट डिलनस ऑरगैनिक डॉट कॉम और टेलीफोन कॉल करो जी जीरो टू जीरो थ्री फाइव जीरो सैवन जीरो थ्री नाइन एट तो मीडियम ब्राउन औरल मील दे भी ये उपलब्ध है ਪੰਜਾਬ ਰੇਡੀਓ ਤੋਂ ਪ੍ਰੋਗਰਾਮ ਬੇਸ਼ਕੀਤੇ ਚੱਲ ਰਹੇ ਨੇ ਉਹ ਬੜੀ ਖੁਸ਼ ਹੈ ਸਾਡੀ ਖੁਸ਼ੀ ਸੁਣਤੀ ਹੈ ਕਿ ਅੱਜ ਵੀ ਸੋਨੂ ਸਿੰਘ ਨਾਲ ਗੱਲਬਾਤ ਕਰ ਰਹੇ ਆਂ ਕਿ ਬੜੀਆਂ ਪਿਆਰੀਆਂ ਗੱਲਾਂ ਹੋ ਰਹੀਆਂ ਨੇ ਤੇ ਇਹਨਾਂ ਲਈ ਸ਼ੁਭਚਾ ਮਾਂ ਵਿਸ਼ਕਨੀਆ ਦੇ ਆਪਾਂ ਜੀ ਤੁਹਾਡੀ ਆਪਾਂ ਬਲਵਿੰਦਰ ਸਫਰੀ ਦੀ ਗੱਲ ਕਰ ਰਹੇ ਸੀਗੇ ਤੇ ਤੁਸੀਂ ਉਹ ਉਹਨਾਂ ਦੇ ਨਾਲ ਹੱਲੇ ਵੀ ਜੁੜੇ ਹੋਏ ਹੋ ਨਹੀਂ ਪਾਜੀ ਹੁਣ ਉਹਨੂੰ ਦੇਖੀ ਤਾਂ ਜਦਾਂ ਦੀ ਫੇਸਬੁਕ ਤੇ ਹੈਗੇ ਆ ਉਹ ਤਾਂ ਜੋ ਚੀਜ਼ਾਂ ਪਾਉਂਦੇ ਆ ਉਹ ਕਨੈਕਟ ਹੋ ਜਾਂਦਾ ਉੱਥੇ ਉਹਨਾਂ ਨਾਲ ਅੱਛਾ ਤੁਹਾਡਾ ਪ੍ਰਵਿਖ ਦੇ ਬਾਰੇ ਕੀ ਖਿਆਲ ਹੈ ਕੀ ਕਰਨਾ ਚਾਹੁੰਦੇ ਆਂ ਐਕਚੁਅਲੀ ਕਿ ਜੇਸ ਨਾਲ ਕਿ ਤੁਹਾਡਾ ਇੱਕ ਨੋ ਜਿਹੜਾ ਹੈ ਨਾ ਉਹ ਪੱਕਾ ਹੋ ਜਾ ਜਿਦਾ ਬਹੁਤ ਸਾਰੇ ਸਿੰਗਰਸ ਹੈਗੇ ਨੇ ਅ ਮਿਸਾਲ ਦਿੱਤੀ ਜਾ ਸਕਦੀ ਹੈ ਇਹ ਬਹਰਾਲ ਆਪਣਾ ਤੁਹਾਡਾ ਆਪਣਾ ਰੰਗ ਹੋਣਾ ਚਾਹੀਦਾ ਜੀ ਬਾਜੀ ਮੇਰੀ ਸੋਚ ਹੈ ਅਸੀਂ ਆਪਣਾ ਕੰਮ ਕਰਦੇ ਜਾਣਾ ਹੈ ਜਦੋਂ ਮਹਾਰਾਜ ਨੇ ਜਦੋਂ ਮਹਾਰਾਜ ਨੇ ਸੋਚਣਾ ਜਦੋਂ ਬਣਾਣਾ ਉਦੋਂ ਬਣ ਜਾਣਾ ਹੈ ਜੀ ਅਸੀਂ ਤਾਂ ਆਪਣਾ ਕੰਮ ਵਧੀਆ ਕਰਦੇ ਜਾਈਏ ਬਸ ਇੰਨੀ ਸੋਚ ਹੈ ਮੇਰੀ ਕਿ ਬੰਦਾ ਟਾਰਗੇਟ ਪਹਿਲੇ ਰੱਖ ਕੇ ਫਿਰ ਉਹ ਬੰਦਾ ਫਿਰ ਰਸ਼ ਤੇ ਕਰਦਾ ਹਰ ਕੰਮ ਨਾ ਠੀਕ ਹੈ ਤੁਸੀਂ ਮੈਂ ਤਸੱਲੀ ਦਾ ਗੀਤ ਲਿਖੋ ਤਸੱਲੀ ਨਾਲ ਗਾਓ ਤਸੱਲੀ ਨਾਲ ਫਿਰ ਜਦੋਂ ਮਾਰਜ ਨਹੀਂ ਸਕਦਾ ਹੋ ਜਾਣਾ ਹੈ ਪਰ ਹਾਂ ਹਾਂ ਦਿਲ ਨਾ ਕਰਦੇ ਰੂਹ ਨਾ ਕਰੋ ਹਾਂ ਹਾਂ ਤੁਸੀਂ ਜਿਹੜਾ ਲਾਅ ਆਫ ਇਵੋਲੂਸ਼ਨ 'ਚ ਬਲੀਵ ਕਰਦੇ ਹੋ ਕਿ ਹੋ ਜਾਏਗਾ ਜਾਂ ਆਪਣੇ ਚ ਤੋਂ ਬਿਲਕੁਲ ਧੱਕੇ ਮਿਹਨਤ ਨਾਲ ਲੱਗਣਾ ਮਿਹਨਤ ਭਾਜੀ ਮਿਹਨਤ ਕਹਿੰਦੇ ਨੇ ਨਾ ਨਾ ਤਾਂ ਜਦੋਂ ਤੁਹਾਡੇ ਮਾਪਿਓ ਦਾ ਸਾਥ ਤੁਹਾਡੇ ਨਾਲ ਆ ਤੁਹਾਡੀ ਮਿਹਨਤ ਆ ਤਾਂ ਇੱਕ ਦਿਨ ਤੇ ਰੰਗ ਲਿਆਂਦੀ ਲੈਂਦੀ ਭਾਜੀ ਠੀਕ ਹੈ ਕਿ ਹੁਣ ਕੋਈ ਅਗਲਾ ਕੋਈ ਦੱਸੋ ਕੀ ਕੀ ਕਰ ਰਹੇ ਹੋ ਅਗਲੇ ਮੇਰੇ ਭਾਜੀ ਗੀਤ ਹੁਣ ਤਿਆਰ ਹੋਏ ਆ ਤਿੰਨ ਸ੍ਰਿੰਦਰ ਸ੍ਰਿੰਦਰਤਰ ਨਾਲ ਭਾਜੀ ਨਾਲ ਹੈਗੇ ਆ ਹਾਂ ਹਾਂ ਐਂਡ ਪੌਪਸੀ ਭਾਜੀ ਦਾ ਵੀ ਮੇਰਾ ਗੀਤ ਉਹਨਾਂ ਦਾ ਵੀ ਤਿਆਰ ਹੋਣ ਵਾਲਾ ਆ ਆਹ ਹਾਂ ਐਂਡ ਬਾਕੀ ਆਲਬਮ ਵੀ ਤਿਆਰ ਆ ਆਲਬਮ ਵੀ 3 ਮਹੀਨੇ ਤੱਕ ਆ ਜਣੀ ਆ ਅੱਛਾ ਅੱਛਾ ਸੋ ਉਹਦੀ ਫਿਰ ਵੀਡੀਓ ਦੀ ਤਿਆਰੀਆਂ ਸਾਰਾ ਗੁੰਮੇ ਵੀ ਇੰਡੀਆ ਜਾਣਾ ਪਊਗਾ ਵੀਡੀਓ ਬਣਾਉਣ ਵਾਸਤੇ ਇਸ ਟਾਈਮ ਅੱਛਾ ਇਹ ਦੱਸੋ ਜਿਹੜੇ ਵੀਡੀਓਜ਼ ਹੈ ਹਾਂਜੀ ਭਾਜੀ ਤਾਂ ਦੇਖੋ ਆਪਣੇ ਤਿੱਕੀ ਨਾਲ ਸਭ ਕੁਝ ਕਰਦੇ ਨੇ ਹਾਂ ਹਾਂ ਇਹ ਵੀਡੀਓਜ਼ ਦੇ ਬਾਰੇ ਮੇਰੇ ਆਪਣੇ ਨਾਕਸ ਰਾਏ ਜਿਹੜੀ ਇਹ ਆ ਹਾਂਜੀ ਬਾਜੀ ਕਿ ਬੋਲ ਕੁਛ ਹੋਰ ਹੁੰਦੇ ਨੇ ਹਮ ਹਮ ਡਾਂਸ ਜਾਂ ਹੋਰ ਤਰ੍ਹਾਂ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਬਾਕੀ ਮਾਫ ਕਰਨਾ ਮੈਂ ਮੈਂ ਬੁਢੇ ਵਾਲੀ ਗੱਲ ਨਹੀਂ ਕਰਨ ਲੱਗਾ ਪਾਉ ਮੇਰੀ ਉਮਰ ਤਾਂ ਹੈਗੀ ਇੰਨੀ ਨਹੀਂ 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 ਬਾਜੀ ਕਈ ਵੀਡੀਓਜ਼ ਦੇ ਵਿੱਚ ਕੁਛ ਲਚਰ ਸਾ ਬੜੀ ਹੈ ਬਿਲਕੁਲ ਸਹੀ ਗੱਲ ਹੈ ਕਿ ਵੀਡੀਓ ਜੇ ਹੈਗੀ ਹੈ ਬਾਜੀ ਅੱਜ ਕੱਲ ਉਹਦੇ ਕੋਈ ਇਨਕਾਰ ਨਹੀਂ ਤੇਰੀ ਗੱਲ ਸਹੀ ਹੋ ਸਹੀ ਹੈ ਹੈਗੀ ਹੈ ਪਰ ਲੇਕਿਨ ਤੁਸੀਂ ਕੀ ਖਿਆਲ ਰੱਖਦੇ ਜਦੋਂ ਵੀਡੀਓ ਪ੍ਰੋਡਿਊਸ ਕਰਨਾ ਹਮ ਹਮ ਯਾਨੀ ਵੀਡੀਓ ਜ਼ਰੂਰੀ ਹੈ ਇਕ ਕਦੀ ਮੈਨੂੰ ਜਗੀਰ ਸਿੰਘ ਨਾਲ ਗੱਲਾਂ ਕਰਦੇ ਕਹਿੰਦੇ ਸੀ ਉਹ ਕਹਿੰਦੇ ਉਹ ਕਹਿੰਦਾ ਜੀ ਮੁੰਡੇ ਇਦਾਂ ਕਰਦੇ ਨੇ ਅੱਜ ਕੱਲ ਗਾਣਾ ਗੁਣਾ ਲੈ ਕੇ ਕੋਈ ਰਿਆਜ਼ ਰੂਜ਼ ਹੁੰਦਾ ਨਹੀਂ ਹੈ ਥੋੜਾ ਬਹੁਤ ਵੀਡੀਓ ਲੈ ਕੇ ਫਿਰ ਉਹ ਕੁੜੀਆਂ ਦੇ ਉਲਟੇ ਸਿੱਟੇ ਦੇ ਕੱਪੜੇ ਪਾ ਕੇ ਉਹ ਨੱਚ ਲੈਂਦੇ ਨੇ ਉਹ ਗੰਦੇ ਜਿਹੜੇ ਹੁਣ ਜੇ ਪੰਡਿਤ ਜਸਰਾਜ ਨੇ ਵੀਡੀਓ ਬਣਾਉਣਾ ਉਹ ਵੀ ਉਹ ਕਿੱਦਾਂ ਬਣਾਵੇ ਨਹੀਂ ਬਿਲਕੁਲ ਸਹੀ ਗੱਲ ਹੈ ਭਾਜੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਹੁਣ ਜਿਹੜੇ ਜਿਹੜੇ ਕਰਦੇ ਨਹੀਂ ਇਹਨਾਂ ਨੂੰ ਉਹਨੇ ਇੱਕ ਗਾਣਾ ਗਾੜ ਕੇ ਚਲੇ ਜਾਂਦੇ ਵਾਪਸ ਆਉਂਦੇ ਨਹੀਂ ਜੀ ਜੀ ਠੀਕ ਹੈ ਬਹੁਤ ਹਾਂ ਹੋਰ ਤੁਸੀਂ ਆਪਣੀ ਗੀਤਾਂ ਬਾਰੇ ਮੈਨੂੰ ਗੱਲਬਾਤ ਦੱਸੋ ਕਿਦਾਂ ਤੁਹਾਡਾ ਪ੍ਰੋਸੈਸ ਚ ਕਿਦਾਂ ਲਿਖਦੇ ਹੋ ਜਾਨੀ ਦੇਖੋ ਲਿਖਣ ਦਾ ਕੋਈ ਤਰੀਕਾ ਕਿਸੇ ਵਿਲੇ ਵੀ ਆਉਂਦਾ ਹੈ ਲਿਖਣ ਵੇਲੇ ਦੇ ਹਨ ਜੇ ਜਿਹਦਾ ਕੰਮ ਕਰਦੀ ਦਾ ਕੋਈ ਪੇਸਲਿਪ ਤੇ ਲਿਖਦੀਦਾ ਗੀਤ ਤੁਰਦੇ ਫਿਰ ਜਦੋਂ ਯਾਦ ਆ ਜੇ ਉਹਦਾ ਕੰਪੋਜ਼ਿੰਗ ਨੋਟ ਤੇ ਕਈ ਵਾਰੀ ਗੀਤ ਲਿਖਣਾ ਪੈਂਦਾ ਆ ਵਾ ਵ ਮੈਂ ਮੈਂ ਗੀਤ ਲਿਖਿਆ ਸੀ ਰੋਡ ਤੇ ਤੁਰਦੇ ਤੁਰਦੇ ਨੇ ਫਿਰ ਕੋਈ ਚੀਜ਼ ਤੇ ਹੈ ਨਹੀਂ ਸੀ ਫਿਰ ਨੋਟ ਤੇ ਉਹ ਐਦਾ ਸੀ ਮੈਂ ਤੁਹਾਨੂੰ ਦੋ lần ਸੁਣਾਉਣਾ ਹੋ ਰੋਂਦੀ ਰੋਂਦੀ ਹੱਸ ਪੈਂਦੀ ਸੀ ਸਾਡੇ ਨਾਲ ਬਹੁਤ ਕੱਲਿਆਂ ਬਹਿ ਕੇ ਸਾਨੂੰ ਚੇਤੇ ਕਰਦੀ ਹੋ ਹੋ ਰੋਂਦੀ ਰੋਂਦੀ ਹੱਸ ਪੈਂਦੀ ਸੀ ਮੇਰੇ ਨਾਲ ਉਹ ਹੁਣ ਕੱਲਿਆਂ ਬਹਿ ਕੇ ਸਾਨੂੰ ਚੇਤੇ ਕਰਦੀ ਹੋ ਹਾਂਜੀ ਥੈਂਕ ਯੂ ਭਾਈ ਇਹ ਇਹ ਸੁਣੋ ਜੀ ਦੱਸੋ ਮੈਨੂੰ ਹਮ ਕਿ ਜਿਹੜੇ ਆਪਣੇ ਗੀਤਾਂ ਦਾ ਥੀਮ ਹੈ ਜ਼ਿਆਦਾ ਹਮ ਉਹ ਕੁੜੀਆਂ ਦੇ ਨਾਲ ਹੀ ਹੈ ਮੈਨੂੰ ਇਹਦੇ ਬਾਰੇ ਕੋਈ ਇਤਰਾਜ਼ ਨਹੀਂ ਹੈ ਕਿ ਜਿਉਂਕਿ ਇਸ਼ਕ ਜਿਹੜਾ ਹੈ ਪਿਆਰ ਜਿਹੜਾ ਹੈ ਰੱਬ ਨਾਲ ਹੋ ਸਕਦਾ ਕੁੜੀ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਲੇਕਿਨ ਜਿਹੜਾ ਇਸ਼ਕ ਹਕੀਕੀ ਹੈ ਜਿਹੜਾ ਇਹਦੇ ਵਿੱਚ ਗਹਿਰਾ ਨਹੀਂ ਉਤਰਨਾ ਚਾਹੀਦਾ ਕਿ ਜਿਹੜੀ ਉਪਰ ਉਪਰੀਆਂ ਗੱਲਾਂ ਦੀ ਕੁੜੀਆਂ ਮਿਲ ਗਈਆਂ ਕਈ ਕਈ ਗੀਤ ਬੜੇ ਅਜੀਬ ਲੱਗਦੇ ਨੇ ਤੁਸੀਂ ਜਦੋਂ ਸੋਚਦੇ ਹੋ ਤੁਹਾਡੀ ਸੋਚ ਕਿਦਾਂ ਆਉਂਦੀ ਮੈਂ ਭਾਜੀ ਗੀਤ ਲਿਖਿਆ ਸੀ ਆ ਆਪ ਵੀ ਆਪੀਆਂ ਪੈਣ ਦੇ ਲਿਖਿਆ ਜਿਹੜੇ ਇੰਡੀਆ ਤੋਂ ਆਉਂਦੀਆਂ ਫਰ ਉਹਨਾਂ ਜੋਥੇ ਹੁੰਦਾ ਆ ਜੀ ਉਹ ਵੀ ਗੀਤ ਜਦਾਂ ਲਿਖਿਆ ਸੀ ਕਿ ਕਹਿੰਦੇ ਆ ਆਪਣਾ ਕੀ ਇਦਾਂ ਨਹੀਂ ਸੋਚੀ ਤੁਸੀਂ ਹਰ ਜੋ ਦੁਨੀਆ ਚ ਵਾਪਰ ਰਿਹਾ ਹੈ ਆ ਰਾਈਟਰ ਦੀ ਸੋਚ ਉਹ ਹੋਣੀ ਚਾਹੀਦੀ ਕਿ ਉਹ ਲਿਖ ਕੇ ਅੱਗੇ ਰੱਖੇ ਜੀ ਜੀ ਹੈਨਾ ਅੱਛਾ ਤੇ ਇਦਾਂ ਦੀ ਗੀਤ ਵੀ ਲਿਖਣਾ ਜ਼ਰੂਰੀ ਹੁੰਦੇ ਨੇ ਕਿ ਹਰ ਤੁਸੀਂ ਜਿਹੜੀ ਚੀਜ਼ ਹੈ ਉਹ ਤੁਸੀਂ ਲਿਖ ਕੇ ਰੱਖੋ ਦੁਨੀਆ ਅੱਗੇ ਫਿਰ ਉਹ ਕੁ ਡਿਸਾਈਡ ਕਰਦੇ ਕਿ ਤਾਂ ਉਹਨੂੰ ਪਸੰਦ ਕਰਦੇ ਆ ਨਹੀਂ ਹੁਣ ਜਿਹੜਾ ਆਪਾਂ ਵਰਡ ਲੈਨੇ ਲੋਕੀ ਹੁਣ ਕਲੱਬਾਂ 'ਚ ਤੁਹਾਨੂੰ ਪਤਾ ਇਦਾਂ ਦੀ ਗੀਤ ਚੱਲਦੇ ਆ ਆਪਾਂ ਬੀਟ ਸੌਂਗ ਚੱਲਦੇ ਹਨ ਭਾਈ ਬਹੁਤ ਅੱਛੀ ਗੱਲ ਹੂੰ ਓਕੇ ਸੋਨੂ ਜੀ ਆਪਣੇ ਕੋ ਵਕਤ ਨਹੀਂ ਇਜਾਜ਼ਤ ਦਿੰਦਾ ਮੇਰੇ ਮੇਰਾ ਰੂ ਕਰਦੀ ਸੀ ਆਪਾਂ ਗੱਲਾਂ ਹੀ ਕਰਦੇ ਰਹਿੰਦੇ ਤੋਂ ਮੈਨੂੰ ਪਤਾ ਵੀ ਨਹੀਂ ਲੱਗਾ ਇੰਨੇ ਜਿਹੇ ਟਾਈਮ ਹੈ ਆਪਣਾ ਇਦਾਂ ਨਿਕਲ ਗਿਆ ਤੇ ਜਾਂਦੇ ਜਾਂਦੇ ਇਦਾਂ ਕਰਦੇ ਹੁੰਦੇ ਸੀ ਜਦੋਂ ਸਾਡੇ ਘਰ ਆਏ ਕਿੰਨੇ ਵੀ ਜੀ ਘਰ ਆਏ ਨੂੰ ਚਾਹ ਪਾਣੀ ਪੁੱਛਣਾ ਚਾਹੀਦਾ ਤਾਂ ਮੇਰੇ ਕੋਲ ਚਾਹ ਪਾਣੀ ਇਹ ਹੀ ਹੈ ਕਿ ਮੈਂ ਕੋ ਇੱਕ ਅਰੀਆ ਸੋਟਾ ਦੇ ਜੀਤ ਲਏ ਸੀ ਕਈ ਉਹ ਥੋੜਾ ਜਿਹਾ ਮੈਂ ਤੁਹਾਨੂੰ ਸੁਣਾ ਦਿੰਦਾ ਬਿਲਕੁਲ ਭਾਈ ਸੋਨ ਨਾਲ ਤੁਸੀਂ ਨੇ ਪਿਆਰ ਨਾਲ ਵੈਲਕਮ ਕੀਤਾ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਭਾਈ ਹਾਂ ਜੀ ਆ ਲਓ ਜੀ ਆ ਲਓ ਸੁਣ ਕੇ ਦੇਖੋ ਇਹ ਇਸੇ ਨਾਲ ਹੀ ਮੈਂ ਤੁਹਾਡੇ ਤੋਂ ਕਿਹਾ ਇਜਾਜ਼ਤਨਾ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਹ ਕਹਿੰਦੇ ਹੁੰਦੇ ਆ ਸ਼ਾਇਰਾਂ ਲਈ ਦੁਆ ਕਰਦੇ ਹੁੰਦੇ ਉਰਦੂ ਚ ਅੱਲਾਹ ਕਰੇ ਜ਼ੋਰੇ ਕਲਮ ਔਰ ਜ਼ਿਆਦਾ ਮੈਂ ਤੁਹਾਡੇ ਲਈ ਅਰਦਾਸ ਕਰਾਂਗਾ ਕਿ ਪ੍ਰਮਾਤਮਾ ਤੁਹਾਨੂੰ ਤੁਹਾਡੀ ਆਵਾਜ਼ ਦੇ ਵਿੱਚ ਹੋਰ ਵੀ ਉਹ ਜਾਨੀਏ ਤੋਂ ਨੂੰ ਲਿਆਵੇ ਚੜ੍ਹਦੀ ਕਲਾ ਚੋਂ ਬਿਲਕੁਲ ਪਾਜੀ ਦਾ ਗੱਲ ਕੀ ਹੁਣ ਜਿਹੜੇ ਆਰਟਿਸ ਹੁਣ ਜੇ ਤਾਂ ਮੇਰੇ ਜਿੰਨੇ ਮੈਂ ਰਾਪਤਾ ਕਰਨਾ ਹੈ ਮੇਰਾ ਜੇ ਤਾਂ ਫੇਸ ਟਵਿੱਟਰ ਵੀ ਆ ਫੇਸਬੁੱਕ ਤੇ ਵੀ ਆ ਜੀ ਦੀ ਅਫੀਸ਼ੀਅਲ ਸੋ ਨੂੰ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੇ ਲਿਸਨਰ ਹੈਗੇ ਆ ਓਕੇ ਨਾਲੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗੇ ਪਾਜੀ ਤੁਹਾਨੂੰ ਵੀਡੀਓ ਨੇ ਕਰੀ ਚੋਕ ਓਕੇ ਲੋ ਜੀ